2 ਸਾਲ ਦਾ ਮਾਸੂਮ ਫਤਿਹਵੀਰ 150 ਫੁੱਟ ਬੋਰਵੈਲ ਦੇ ਵਿੱਚ ਡਿੱਗਿਆ, ਜਿਸ ਦੇ ਕਾਰਨ ਉਸਦੇ ਮਾਪੇ ਬੇਹੱਦ ਪਰੇਸ਼ਾਨ ਨੇ। ਉਧਰ ਪ੍ਰਸ਼ਾਸਨ ਦੇ ਵੱਲੋਂ ਵੀ ਫਤਿਹਵੀਰ ਨੂੰ ਬੋਰਵੈਲ ਦੇ ਵਿੱਚੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜੰਗੀ ਪੱਧਰ ਤੇ ਜਾਰੀ ਨੇ। ਦੱਸ ਦਈਏ ਕਿ ਫਤਿਹਵੀਰ ਆਪਣੇ ਪਰਿਵਾਰ ਦੇ ਨਾਲ ਬਾਹਰ ਖੇਡ ਰਿਹਾ ਸੀ ਅਤੇ ਅਚਾਨਕ ਉਹ ਬੋਰਵੈਲ ਦੇ ਵਿੱਚ ਡਿੱਗ ਪਿਆ, ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਗਈ ਅਤੇ ਪ੍ਰਸ਼ਾਸਨ ਦੇ ਵੱਲੋਂ ਜੰਗੀ ਪੱਧਰ ਤੇ ਉਸਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਕਾਬਲੇ ਜ਼ਿਕਰ ਹੈ ਕਿ ਫਤਿਹਵੀਰ ਨੂੰ ਬਾਹਰ ਕੱਢਣ ਦੇ ਲਈ ਬੋਰਵੈਲ ਦੇ ਬਰਾਬਰ ਹੀ ਇੱਕ ਹੋਰ ਬੋਰ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ NDRF ਦੇ ਜਵਾਨ ਉਤਰਨਗੇ ਅਤੇ ਬੱਚੇ ਨੂੰ ਬਾਹਰ ਕੱਢਣਗੇ, ਪਰ ਇਸ ਦੇ ਲਈ ਤਕਰੀਬਨ 8 ਘੰਟੇ ਦਾ ਸਮਾਂ ਲੱਗੇਗਾ। ਉਧਰ ਜਿਵੇਂ ਜਿਵੇਂ ਸਮਾਂ ਬੀਤ ਰਿਹਾ ਹੈ ਤਾਂ ਫਤਿਹਵੀਰ ਦੇ ਮਾਪੇ ਬੇਹੱਦ ਪਰੇਸ਼ਾਨ ਨੇ, ਕਿਉਂਕਿ ਫਤਿਹਵੀਰ ਆਪਣੇ ਮਾਪਿਆਂ ਦੀ ਇੱਕ ਲੌਤੀ ਸੰਤਾਨ ਹੈ, ਜਿਸ ਦੇ ਬੋਰਵੈਲ ਦੇ ਵਿੱਚ ਟਿੱਕਣ ਕਰਕੇ ਉਹਨਾਂ ਦੀ ਜਾਨ ਮੁੱਠੀ ਦੇ ਵਿੱਚ ਆਈ ਹੋਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਆਖਿਰ ਕਦੋਂ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਰੰਗ ਲਿਆਉਣਗੀਆਂ ਅਤੇ ਕਦੋਂ ਫਤਿਹਵੀਰ ਇਸ ਬੋਰਵੈਲ ਦੇ ਵਿੱਚੋਂ ਬਾਹਰ ਆਵੇਗਾ। ਦੇਖੋ, ਸਭ ਤੋਂ ਪਹਿਲਾਂ ਤਾਂ ਅਰਦਾਸ ਬੇਨਤੀ ਕਰੀਏ ਕਿ ਉਹ ਬੱਚਾ ਜਿਹੜਾ 2 ਸਾਲ ਦਾ ਮਜ਼ਲੂਮ ਅਤੇ ਉਹਦੀ ਜ਼ਿੰਦਗੀ ਬਚ ਸਕੇ, ਅਤੇ ਦੂਸਰਾ ਦੇਖੋ ਹਰ ਬੰਦੇ ਦੇ ਐਫਰਟਸ ਨੇ, ਹਰ ਗਰੀ ਅਰਦਾਸ ਹੈ ਪੂਰੇ ਪ੍ਰਸ਼ਾਸਨ ਵੱਲੋਂ, NDRF ਜਿਹੜਾ ਹੈ ਅਤੇ ਬਾਕੀ ਜਿਹੜਾ ਸਿਵਲ ਪ੍ਰਸ਼ਾਸਨ ਹੈ ਉਹਨਾਂ ਵੱਲੋਂ ਵੀ ਸਾਰਿਆਂ ਵੱਲੋਂ ਪੂਰਨ ਸਹਿਯੋਗ ਹੈ। ਸੰਗਤ ਵੱਲੋਂ ਜਿਹਦੇ ਕੋਲ ਟਰੈਕਟਰ ਟਰਾਲੀਆਂ, ਕਿਸੇ ਕੋਲ ਮਸ਼ੀਨਾਂ, ਹਰ ਬੰਦਾ ਆਪਦੀ ਲੈ ਕੇ ਪਹੁੰਚਿਆ ਇੱਥੇ। ਪਰ ਇੱਕ ਚੀਜ਼ ਜ਼ਰੂਰ ਹੈ, ਕੱਲ੍ਹ ਦਾ ਦੇਖੋ ਬੜੀ ਜਦੋ ਜਹਿਦ ਨਾਲ ਅਸੀਂ, ਕਿਉਂਕਿ 125 ਫੁੱਟ ਡੂੰਘੇ ਬੋਰ ਦੇ ਵਿੱਚ ਗਿਆ ਹੋਇਆ ਅਤੇ ਰਾਤ ਦੇ ਅਸੀਂ ਕੱਲ੍ਹ ਦੇ ਤਕਰੀਬਨ ਪੂਰੀ ਰਾਤ ਹੀ ਹੋ ਗਈ ਅੱਜ ਅਤੇ 4 ਵਜੇ ਦੇ ਲੱਗਿਆਂ ਅਤੇ ਅੱਜ ਤੱਕ ਸੁੱਤੇ ਨਹੀਂ। ਪਰੰਤੂ ਇੱਕ ਚੀਜ਼ ਜ਼ਰੂਰ ਹੈ ਇਹਦੇ 'ਚ ਕਿ ਉਹ ਬੱਚੇ ਦੀ ਪਤਾ ਨਹੀਂ ਸ਼ਾਇਦ ਕਿਤੇ ਕਰਮ, ਮੈਂ ਕਹਿ ਸਕਦਾ ਸਾਡੇ ਭਾਰੇ ਨੇ ਕਿ ਅਸੀਂ ਉਹਦੇ ਬਾਹਾਂ ਦੇ ਵਿੱਚ ਰੱਸੀ ਪਈ ਹੋਈ ਹੈ, ਉਹਦੇ ਮੂੰਹ ਦੇ ਜਿਹੜੀਆਂ ਬਾਹਾਂ ਨੇ ਮਿੱਟੀ ਤੋਂ ਥੋੜ੍ਹੀਆਂ ਜਿਹੀਆਂ ਬਾਹਰ ਨੇ, ਪਰੰਤੂ ਉਹ ਨਿਕਲਣ ਵੇਲੇ ਜਿਹੜਾ ਉਹ ਫਸਿਆ ਹੋਇਆ, ਇੱਕ ਬੋਰੀ ਦੇ ਨਾਲ ਫਸ ਚੁੱਕਿਆ। ਸੋ ਇਸ ਚੀਜ਼ ਨੂੰ ਦੇਖਦੇ ਹੋਏ ਸਾਡੀ ਕੋਸ਼ਿਸ਼ ਹੈ ਕਿ ਉਸ ਤਰ੍ਹਾਂ ਦੀ ਨਿਕਲ ਸਕੇ, ਪਰੰਤੂ ਆਕਸੀਜਨ ਅਤੇ ਹੋਰ ਸਾਰਾ ਇੰਤਜ਼ਾਮ ਅਸੀਂ ਕੀਤਾ ਹੋਇਆ। ਤੁਹਾਡੇ ਸਾਹਮਣੇ ਹੈ ਜੀ, ਜਦੋਂ ਹੀ ਸਾਨੂੰ ਪਤਾ ਲੱਗਿਆ ਵਿਦਇਨ 5 ਮਿੰਟ ਸਾਡੇ ਆਫਿਸਰ ਪਹੁੰਚ ਗਏ, 10 ਮਿੰਟ ਦੇ ਵਿੱਚ ਸਾਰੀਆਂ ਟੀਮਾਂ ਪਹੁੰਚ ਚੁੱਕੀਆਂ ਨੇ, ਮੈਡੀਕਲ ਟੀਮਸ ਪਹੁੰਚ ਗਈ ਹੈ, ਆਕਸੀਜਨ ਦਾ ਪ੍ਰਬੰਧ ਅਸੀਂ ਕਰ ਦਿੱਤਾ, ਆਕਸੀਜਨ ਜਿਹੜੀ ਸਾਡੀ ਮੈਡੀਕਲ ਡਾਕਟਰ ਦੀ ਦੇਖ ਰੇਖ ਦੇ ਵਿੱਚ ਅੰਦਰ ਪ੍ਰੋਵਾਈਡ ਕੀਤੀ ਗਈ ਹੈ। ਬਟ ਅਨਲੱਕੀਲੀ ਹਲੇ ਅਸੀਂ ਬੱਚੇ ਨੂੰ ਦੇਖ ਨਹੀਂ ਪਾ ਰਹੇ, ਕੈਮਰਾ ਅਜੇ ਅੰਦਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੈਮਰਾ ਟੀਮ ਨੂੰ ਬੁਲਾਇਆ, ਕੈਮਰਾ ਨਾਲ ਦੀ ਨਾਲ ਸਾਡੀ ਰੈਸਕਿਊ ਓਪਰੇਸ਼ਨ ਵਾਸਤੇ ਸਾਡੀ ਆਰਮੀ ਟੀਮਸ ਵੀ, NDRF ਦੀਆਂ ਟੀਮਸ ਵੀ ਚੱਲੀਆਂ ਹੋਈਆਂ ਨੇ, ਔਨ ਦਾ ਵੇ ਨੇ, ਅਤੇ ਬਹੁਤ ਜਲਦੀ ਅਸੀਂ ਸਕਸੈਸ